ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਗਗਨ ਅਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਖਾਸ ਸ਼ੋਅ ਬੀਟ ਡਾਇਬਿਟੀਜ਼ ਦੇ ਵਿੱਚ। ਡਾਇਬਿਟੀਜ਼ ਦੁਨੀਆ ਦੀ ਸਭ ਤੋਂ ਜ਼ਿਆਦਾ ਹੋਣ ਵਾਲੀਆਂ ਬਿਮਾਰੀਆਂ ਦੇ ਵਿੱਚੋਂ ਇੱਕ ਹੈ। ਇੰਟਰਨੈਸ਼ਨਲ ਡਾਇਬਿਟੀਜ਼ ਫੈਡਰੇਸ਼ਨ ਦੀ ਮੰਨੀਏ ਤਾਂ 2045 ਤੱਕ ਇੰਡੀਆ ਦੇ ਵਿੱਚ 12 ਕਰੋੜ ਲੋਕਾਂ ਨੂੰ ਡਾਇਬਿਟੀਜ਼ ਹੋਣ ਦੇ ਆਸਾਰ ਨੇ। ਇਸ ਬਿਮਾਰੀ ਦੇ ਮੁੱਖ ਕਾਰਨ ਨੇ ਖਰਾਬ ਲਾਈਫ ਸਟਾਈਲ, ਜੰਕ ਫੂਡ, ਹਾਰਮੋਨਲ ਇੰਬੈਲੈਂਸ ਅਤੇ ਹੈਰੀਡੇਟਰੀ। ਡਾਇਬਿਟੀਜ਼ ਦੇ ਕਈ ਲੱਛਣ ਨੇ ਜਿਵੇਂ ਕਿ ਪਿਆਸ ਜ਼ਿਆਦਾ ਲੱਗਣਾ, ਥਕਾਨ ਮਹਿਸੂਸ ਕਰਨਾ, ਵਾਰ ਵਾਰ ਪੇਸ਼ਾਬ ਜਾਣਾ, ਵੇਟ ਲੋਸ ਜਾਂ ਵੇਟ ਗੇਨ ਹੋਣਾ। ਕੀ ਹੈ ਸਮੱਸਿਆ, ਕੀ ਲੱਛਣ ਨੇ ਡਾਇਬਿਟੀਜ਼ ਦੇ, ਕਿਵੇਂ ਇਸ ਤੋਂ ਬਚ ਕੇ ਰਿਹਾ ਜਾ ਸਕਦਾ ਹੈ, ਇਹ ਸਮਝਣ ਦੇ ਲਈ ਸਾਡੇ ਨਾਲ ਡਾਕਟਰਾਂ ਦਾ ਪੈਨਲ ਮੌਜੂਦ ਹੈ। ਸਾਡੇ ਨਾਲ ਮੌਜੂਦ ਨੇ ਡਾਕਟਰ ਆਸ਼ੀਸ਼ ਸਹਿਗਲ, ਕੰਸਲਟੈਂਟ ਐਂਡੋਕ੍ਰੋਨੋਲੋਜਿਸਟ, ਡਾਕਟਰ ਆਸ਼ੀਸ਼ ਡਾਇਬਿਟੀਜ਼ ਥੋਰਾਇਡ ਅਤੇ ਹਾਰਮੋਨਲ ਕਲੀਨਿਕ ਕਰਨਾਲ ਹਰਿਆਣਾ, ਅਤੇ ਸਾਡੇ ਨਾਲ ਡਾਕਟਰ ਰੋਹਿਤ ਅਗਰਵਾਲ ਵੀ ਜੁੜੇ ਹੋਏ ਨੇ, ਡਾਇਬਿਟੀਜ਼ ਥੋਰਾਇਡ ਅਤੇ ਹਾਰਮੋਨਸ ਸਪੈਸ਼ਲਿਸਟ ਅਗਰਵਾਲ ਹੈਲਥ ਕੇਅਰ ਪਟਿਆਲਾ। ਸਾਡੇ ਨਾਲ ਜੁੜੇ ਨੇ ਡਾਕਟਰ ਸੌਰਵ ਅਰੋੜਾ ਜੀ, ਐਸੋਸੀਏਟ ਪ੍ਰੋਫੈਸਰ ਡਿਪਾਰਟਮੈਂਟ ਆਫ ਐਂਡੋਕ੍ਰੀਨੋਲੋਜੀ, ਦਿਆਨੰਦ ਮੈਡੀਕਲ ਕਾਲਜ ਅਤੇ ਹੋਸਪਿਟਲ ਲੁਧਿਆਣਾ। ਅਤੇ ਡਾਇਬਿਟੀਜ਼ ਦੇ ਖਾਸ ਚਰਚਾ ਕਰਨ ਦੇ ਲਈ ਤੁਹਾਡੇ ਸਾਰੇ ਡਾਕਟਰਸ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ ਜੁੜਨ ਦੇ ਲਈ ਸਾਡੇ ਇਸ ਖਾਸ ਸ਼ੋਅ ਦੇ ਵਿੱਚ। ਸਭ ਤੋਂ ਪਹਿਲਾਂ ਡਾਕਟਰ ਆਸ਼ੀਸ਼ ਸਹਿਗਲ, ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਕਿ ਲਾਈਫ ਸਟਾਈਲ ਦੇ ਵਿੱਚ ਕਿਹੜੇ ਕਿਹੜੇ ਮੇਜਰ ਚੇਂਜਸ ਨੇ ਜੋ ਕਿ ਡਾਇਬਿਟੀਜ਼ ਨੂੰ ਮੇਨਟੇਨ ਕਰਨ ਦੇ ਵਿੱਚ ਵਾਈਟਲ ਰੋਲ ਅਦਾ ਕਰਦੇ ਨੇ? ਲਾਈਫ ਸਟਾਈਲ ਮੇ ਸਭ ਸੇ ਜ਼ਰੂਰੀ ਹੈ ਐਕਸਰਸਾਈਜ਼, ਰੈਗੂਲਰ ਐਕਸਰਸਾਈਜ਼ ਸਭ ਸੇ ਪਹਿਲੀ ਚੀਜ਼ ਹੈ ਜੋ ਸਲਾਹ ਦੀ ਜਾਤੀ ਹੈ ਪੇਸ਼ੈਂਟਸ ਕੋ ਜਿਨਕੋ ਡਾਇਬਿਟੀਜ਼ ਹੈ। ਕਾਰਡੀਓ ਟ੍ਰੇਨਿੰਗ ਬਹੁਤ ਜ਼ਰੂਰੀ ਹੈ, WHO ਗਾਈਡਲਾਈਨਸ ਕੇ ਹਿਸਾਬ ਸੇ ਐਟਲੀਸਟ ਕਮ ਸੇ ਕਮ 150-150 ਮਿਨਟ ਹਰ ਹਫਤੇ, ਜੋ ਕਿ ਕਮ ਸੇ ਕਮ 5 ਦਿਨ ਹਰ ਹਫਤੇ ਕਰਨੀ ਚਾਹੀਏ, 30-30 ਮਿਨਟਸ ਕੇ ਅਬਾਊਟ ਮੇ। ਹਮ ਬੀਚ ਬੀਚ ਮੇ ਇੱਕ ਇੱਕ ਦਿਨ ਕਰਕੇ 2 ਦਿਨ ਛੁੱਟੀ ਮਾਰ ਸਕਤੇ ਹੈ, ਅਗਰ ਹਮ 7-7 ਦਿਨ ਕਰੇ ਤੋ ਔਰ ਵੀ ਅੱਛਾ ਹੈ। ਇਸਕੇ ਇਲਾਵਾ ਥੋੜ੍ਹੀ ਵੇਟ ਟ੍ਰੇਨਿੰਗ, ਜਿਸੇ ਸਟਰੈਂਥ ਟ੍ਰੇਨਿੰਗ ਕਹਤੇ ਹੈ, ਵੋ ਵੀ ਹੋਣੀ ਚਾਹੀਏ ਅਗਰ ਕੋਈ ਕਰ ਸਕੇ ਤੋ ਡਾਕਟਰੀ ਸਲਾਹ ਕੇ ਸਾਥ। ਤੋ ਪਹਿਲਾ ਇੰਪੋਰਟੈਂਟ ਲਾਈਫ ਸਟਾਈਲ ਚੇਂਜ ਜੋ ਹੈ ਵੋ ਐਕਸਰਸਾਈਜ਼ ਹੈ। ਦੂਸਰਾ ਜੋ ਜ਼ਰੂਰੀ ਹੈ ਵੋ ਹੈ ਡਾਇਟ, ਹਮਾਰਾ ਖਾਣਾ ਪੀਣਾ। ਖਾਣੇ ਪੀਣੇ ਮੇ ਮੋਟਾ ਮੋਟਾ ਇਹ ਹੈ ਕਿ ਕਾਰਬੋਹਾਈਡਰੇਟਸ ਹਮੇ ਕਮ ਲੈਣਾ ਹੈ, ਫੈਟ ਹਮੇ ਰੈਸਟ੍ਰਿਕਟ ਕਰਨਾ ਹੈ, ਪ੍ਰੋਟੀਨ ਔਰ ਫਾਈਬਰ ਰਿਚ ਡਾਇਟ ਹੋਣਾ ਚਾਹੀਏ, ਜਿਸਸੇ ਵੇਟ ਕਮ ਰਹੇ ਔਰ ਸ਼ੂਗਰ ਮੈਨੇਜ ਕਰਨੇ ਮੇ ਆਸਾਨੀ ਹੋ। ਤੀਸਰਾ ਇੰਪੋਰਟੈਂਟ ਆਸਪੈਕਟ ਹੈ ਜੋ ਕਿ ਬਹੁਤ ਲੋਕ ਨਹੀਂ ਜਾਣਤੇ ਹੈ, ਨਹੀਂ ਬਤਾਤੇ ਹੈ, ਸਮੋਕਿੰਗ ਔਰ ਐਲਕੋਹਲ ਰਿਸਟ੍ਰਿਕਸ਼ਨ। ਸਮੋਕਿੰਗ ਸੇ ਲੰਗ ਕੈਂਸਰ ਹੋਤਾ ਹੈ ਔਰ ਕਈ ਤਰ੍ਹਾਂ ਕੇ ਕੈਂਸਰ ਹੋਤੇ ਹੈ। ਐਲਕੋਹਲ ਸੇ ਖਾਸ ਤੌਰ ਪਰ ਅਗਰ ਕੋਈ ਬਿੰਜ ਕਰ ਰਿਹਾ ਹੈ ਤੋ ਲਿਵਰ ਕਾ ਪ੍ਰੋਬਲਮ ਹੋਤਾ ਹੈ, ਵਜ਼ਨ ਬੜਨੇ ਕਾ ਚਾਂਸ ਹੋਤਾ ਹੈ, ਬਲੱਡ ਪ੍ਰੈਸ਼ਰ ਬੜਤਾ ਹੈ, ਲਿਵਰ ਸਿਰੋਸਿਸ ਹੋਣੇ ਕਾ ਚਾਂਸ ਹੈ ਔਰ ਸ਼ੂਗਰ ਹਮਾਰੀ ਫਲਕਚੁਏਸ਼ਨ ਕਾ ਚਾਂਸ ਬਹੁਤ ਜ਼ਿਆਦਾ ਹੋਤਾ ਹੈ। ਡਾਕਟਰ ਰੋਹਿਤ ਅਗਰਵਾਲ, ਇਸ ਤਰ੍ਹਾਂ ਦੇ ਕਿਹੜੇ ਕਲਚਰਲ ਜਾਂ ਰੀਜਨਲ ਚੀਜ਼ਾਂ ਨੇ ਜਿਨ੍ਹਾਂ ਨੂੰ ਡਾਇਬਿਟੀਜ਼ ਨੂੰ ਮੈਨੇਜ ਕਰਨ ਦੇ ਲਈ ਲਾਈਫ ਸਟਾਈਲ ਦੇ ਵਿੱਚ ਬਦਲਾਅ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ? ਜਿਵੇਂ ਅਸੀਂ ਪੰਜਾਬੀ ਹਰਿਆਣਾ ਵਾਲੇ ਜ਼ਿਆਦਾ ਸਵੇਰੇ ਪਰੌਂਠੇ ਹਨ, ਰੋਟੀਆਂ ਹਨ, ਇਹ ਜ਼ਿਆਦਾ ਖਾਂਦੇ ਹਾਂ। ਸਾਊਥ ਵਾਲੇ ਜਾਂ ਜਿਹੜੇ ਤੁਹਾਡੇ ਵੈਸਟ ਵਾਲੇ ਹੈਗੇ ਹਨ ਉਹ ਜ਼ਿਆਦਾ ਚਾਵਲ ਖਾਂਦੇ ਹਨ ਅਤੇ ਜਾਂ ਪੂਰੀਆਂ ਵਗੈਰਾ ਖਾਂਦੇ ਹਨ। ਅਲਟੀਮੇਟਲੀ ਕੀ ਹੈਗਾ ਕਿ ਦੋਨਾਂ ਰੂਪਾਂ ਦੇ ਵਿੱਚ ਅਪਸੀ ਕਾਰਬਸ ਹੀ ਜ਼ਿਆਦਾ ਖਾਂਦੇ ਹਾਂ। ਸਾਡੇ ਭਾਰਤ ਦੇ ਵਿੱਚ ਇੱਕ ਸਟੱਡੀ ਵੀ ਹੋਈ ਹੈ ਜਿਹਦੇ ਇਹ ਦੇਖਿਆ ਗਿਆ ਹੈ ਕਿ ਚਾਹੇ ਤੁਸੀਂ ਆਪਣੇ ਉੱਤਰੀ ਭਾਰਤ 'ਚ ਹੋ ਚਾਹੇ ਦਕਸ਼ਿਣ ਭਾਰਤ 'ਚ ਹੋ, ਇਹ ਸਾਰੀਆਂ ਚੀਜ਼ਾਂ ਆਲਮੋਸਟ ਕਾਮਨ ਹੀ ਹਨ, ਚਾਹੇ ਉਹਨਾਂ ਦੇ ਵਿੱਚ ਰੂਪ ਖਾਣ ਦੀਆਂ ਚੀਜ਼ਾਂ ਡਿਫਰੈਂਟ ਹਨ
ਜਿਵੇਂ ਕਿ ਉਰੇ ਅਸੀਂ ਰੋਟੀ ਜਾਂ ਪਰੌਂਠੇ ਹਨ, ਉੱਥੇ ਜ਼ਿਆਦਾ ਇਡਲੀ ਵਗੈਰਾ ਡੋਸੇ ਹਨ, ਪਰ ਇਹ ਸਾਰੀਆਂ ਕਾਰਬਸ ਦੇ ਨਾਲ ਹੀ ਸੰਬੰਧਿਤ ਹਨ। ਜਿਵੇਂ ਕਿ ਆਪਾਂ ਪਹਿਲਾਂ ਵੀ ਇਹੀ ਡਿਸਕਸ ਕੀਤਾ ਹੈ ਕਿ ਜਿੰਨਾ ਕਾਰਬਸ ਅਸੀਂ ਖਾਵਾਂਗੇ ਉਹਨਾਂ ਸਾਡਾ ਜਿਹੜਾ ਸ਼ੂਗਰ ਦਾ ਲੈਵਲ ਵਧੇਗਾ। ਕਿਉਂਕਿ ਮੈਂ ਯੂਪੀ ਦੇ ਵਿੱਚ ਵੀ ਕੰਮ ਕੀਤਾ ਹੈ, ਥੋੜ੍ਹੀ ਦੇਰ ਅਸੀਂ ਦਕਸ਼ਿਣ ਦੇ ਵਿੱਚ ਵੀ ਰਹੇ ਹਾਂ, ਅਸੀਂ ਇਹੀ ਕਹਿੰਦੇ ਹਾਂ ਹਰ ਮਰੀਜ਼ ਨੂੰ ਕਿ ਆਪਣੇ ਕਾਰਬਸ ਘਟਾਓ, ਰੋਟੀਆਂ ਘਟਾਓ, ਚਾਵਲ ਦੀ ਮਾਤਰਾ ਘਟਾਓ। ਜੇ ਅਸੀਂ ਇਹਨਾਂ ਚੀਜ਼ਾਂ ਨੂੰ ਘਟਾ ਪਾਵਾਂਗੇ, ਸਲਾਦ ਹੈ, ਫਰੂਟਸ ਹੈ, ਇਹਨਾਂ ਚੀਜ਼ਾਂ ਨੂੰ ਆਪਣੀ ਲਾਈਫ ਦੇ ਵਿੱਚ ਐਡ ਕਰਾਂਗੇ, ਤਾਂ ਹੀ ਅਸੀਂ ਐਕਸਪੈਕਟ ਕਰ ਰਹੇ ਹਾਂ ਜਾਂ ਸੋਚਦੇ ਹਾਂ ਕਿ ਜਿਹੜੀ ਸਾਡੀ ਸ਼ੂਗਰ ਹੈ ਉਹ ਸਾਡੀ ਕੰਟਰੋਲ ਰਹੇ। ਜੇ ਅਸੀਂ ਰੋਟੀਆਂ, ਚਾਵਲ, ਮੱਕੀ, ਮੈਦੇ ਤੋਂ ਬਣਨ ਵਾਲੀਆਂ ਚੀਜ਼ਾਂ, ਜਿੰਨਾ ਵੀ ਰਿਫਾਈਨਡ ਪ੍ਰੋਡਕਟਸ ਹਨ, ਅਸੀਂ ਇਹ ਜ਼ਿਆਦਾ ਯੂਜ਼ ਕਰਦੇ ਹਾਂ, ਉਨਾ ਹੀ ਸ਼ੂਗਰ ਦਾ ਲੈਵਲ ਵੱਧਦਾ ਹੈ। ਔਰ ਜਿਵੇਂ ਜਿਵੇਂ ਸ਼ੂਗਰ ਵੱਧਦੀ ਹੈ, ਉਹੀ ਵਧੀ ਹੋਈ ਸ਼ੂਗਰ ਸਾਡੇ ਜਿਹੜੇ ਅੰਦਰਲੇ ਅੰਗਾਂ ਨੂੰ ਵੀ ਨੁਕਸਾਨ ਕਰਦੀ ਹੈ। ਡਾਕਟਰ ਸੌਰਵ ਅਰੋੜਾ, ਕੀ ਤੁਸੀਂ ਡਾਇਬੀਟੀਜ਼ ਵਾਲੇ ਵਿਅਕਤੀਆਂ ਦੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੇ ਵਿੱਚ ਫਿਜ਼ੀਕਲ ਐਕਟੀਵਿਟੀਜ਼ ਕਿੰਨਾ ਜ਼ਰੂਰੀ ਨੇ ਇਸ ਬਾਰੇ ਦੱਸ ਸਕਦੇ ਹੋ? ਦੇਖੋ ਜੀ, ਸਰੀਰਕ ਗਤੀਵਿਧੀ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈ ਸ਼ੂਗਰ ਕੰਟਰੋਲ ਕਰਨ ਦੇ ਵਿੱਚ। ਜਿੱਦਾਂ ਕਿ ਡਾਕਟਰ ਆਸ਼ੀਸ਼ ਸਹਿਗਲ ਨੇ ਪਹਿਲਾਂ ਵੀ ਗੱਲ ਕੀਤੀ ਸੀ, ਐਕਸਰਸਾਈਜ਼ ਦਾ ਰੋਲ ਬਹੁਤ ਜ਼ਿਆਦਾ ਜ਼ਰੂਰੀ ਹੈ। ਐਕਸਰਸਾਈਜ਼ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਆਪਾਂ ਕਹਾਂਗੇ ਸਰੀਰਕ ਗਤੀਵਿਧੀਆਂ ਜਿਹੜੀਆਂ ਆਪਾਂ ਕਰਨੀਆਂ। ਸਭ ਤੋਂ ਪਹਿਲਾਂ ਐਰੋਬਿਕ ਐਕਸਰਸਾਈਜ਼। ਐਰੋਬਿਕ ਐਕਸਰਸਾਈਜ਼ ਤੋਂ ਮੇਰਾ ਮਤਲਬ ਇਹ ਹੈਗਾ ਜਿੱਦਾਂ ਆਪਾਂ ਤੇਜ਼ ਤੇਜ਼ ਚੱਲ ਰਹੇ ਹਾਂ, ਜੇ ਆਪਾਂ ਤੇਜ਼ ਤੇਜ਼ ਚੱਲ ਰਹੇ ਹਾਂ, ਸੈਰ ਕਰ ਰਹੇ ਹਾਂ, ਉਹਨੂੰ ਆਪਾਂ ਐਰੋਬਿਕ ਐਕਸਰਸਾਈਜ਼ ਦੇ ਵਿੱਚ ਲੈਂਦੇ ਹਾਂ, ਜਿਹਦੇ ਵਿੱਚ ਆਪਣੇ ਦਿਲ ਦੀ ਧੜਕਣ ਵਧਦੀ ਹੈ। ਉਹ ਜੋ ਅਸੀਂ ਕਹਿੰਦੇ ਹਾਂ 30 ਮਿੰਟ ਦੇ ਲਈ ਰੋਜ਼, ਹਫ਼ਤੇ ਦੇ ਵਿੱਚ 5 ਦਿਨ, ਘੱਟੋ ਘੱਟ 30 ਮਿੰਟ ਦੇ ਲਈ ਹਰ ਦਿਨ ਜ਼ਰੂਰੀ ਹੈ। ਜੇ ਆਪਾਂ 7 ਦਿਨ ਕਰ ਸਕਦੇ ਹਾਂ ਬਹੁਤ ਜ਼ਿਆਦਾ ਫਾਇਦਾ ਹੈ। ਅਸੀਂ ਆਮ ਤੌਰ 'ਤੇ ਕੀ ਦੇਖਦੇ ਹਾਂ ਕਿ ਪਾਰਕ ਦੇ ਵਿੱਚ 2 ਲੋਕ ਸੈਰ ਕਰ ਰਹੇ ਆ, ਗੱਲਾਂ ਕਰਦੇ ਹੋਏ ਜਾ ਰਹੇ ਆ, ਸੈਰ ਹੋ ਰਹੀ ਆ, ਉਹ ਸੈਰ ਦਾ ਫਾਇਦਾ ਨਹੀਂ ਹੈਗਾ। ਸੈਰ ਬ੍ਰਿਸਕ ਵਾਕ ਹੋਣੀ ਚਾਹੀਦੀ। ਬ੍ਰਿਸਕ ਵਾਕ ਦਾ ਮਤਲਬ ਇੰਨੀ ਤੇਜ਼ ਸੈਰ ਹੋਵੇ ਕਿ ਅਸੀਂ ਨਾਲ ਦੇ ਬੰਦੇ ਦੇ ਨਾਲ ਗੱਲ ਨਾ ਕਰ ਪਾਈਏ, ਤਾਂ ਹੀ ਉਹਦਾ ਫਾਇਦਾ ਹੈ। ਉਹਦਾ ਫਾਇਦਾ ਸ਼ੂਗਰ ਦੇ ਲਈ ਵੀ ਆ, ਉਹਦਾ ਫਾਇਦਾ ਹਾਰਟ ਦੇ ਲਈ ਵੀ ਹੈਗਾ ਵਾ। ਅਤੇ ਦੂਸਰੀ ਤਰ੍ਹਾਂ ਦੀ ਜਿਹੜੀ ਸਰੀਰਕ ਗਤੀਵਿਧੀ ਹੈਗੀ ਆ ਉਹ ਹੈਗੀ ਆ ਰੈਜ਼ਿਸਟੈਂਸ ਐਕਸਰਸਾਈਜ਼। ਹੁਣ ਰੈਜ਼ਿਸਟੈਂਸ ਐਕਸਰਸਾਈਜ਼ ਤੋਂ ਮੇਰਾ ਮਤਲਬ ਹੈਗਾ ਆ ਆਪਾਂ ਕੋਈ ਵੇਟ ਚੱਕੀਏ, ਵਜ਼ਨ ਚੱਕ ਕੇ ਐਕਸਰਸਾਈਜ਼ ਕਰੀਏ, ਜਿੱਦਾਂ ਆਪਾਂ ਜਿਮ ਦੇ ਵਿੱਚ ਡੰਬਲ ਕਰੀਦੇ ਆ। ਆਪਾਂ ਆਪਣੇ ਘਰ ਦੇ ਵਿੱਚ ਬਹੁਤ ਲਾਈਟ ਡੰਬਲ ਰੱਖ ਸਕਦੇ ਹਾਂ ਜੇ ਕੋਈ ਆਪਾਂ ਨੂੰ ਹਾਰਟ ਦੀ ਪ੍ਰੋਬਲਮ ਨਹੀਂ ਹੈਗੀ, ਅਤੇ ਉਹਦੇ ਨਾਲ ਆਪਾਂ ਵੇਟ ਚੱਕਦੇ ਹਾਂ, ਉਹਦੇ ਨਾਲ ਆਪਣੇ ਮਸਲ ਦੀ ਮਸਲ ਬਿਲਡ ਹੁੰਦੇ ਆ, ਮਸਲ ਦਾ ਮਾਸ ਜਿਹੜਾ ਹੈਗਾ ਉਹ ਵੱਧਦਾ ਹੈਗਾ। ਜਦੋਂ ਆਪਾਂ ਮਸਲ ਦਾ ਮਾਸ ਵੱਧਦਾ ਹੈਗਾ ਤੇ ਆਪਣੇ ਸਰੀਰ ਦੇ ਵਿੱਚ ਇੱਕ ਹਾਰਮੋਨ ਹੁੰਦਾ ਜਿਹਦਾ ਨਾਮ ਇਨਸੁਲਿਨ ਹੈ, ਉਹਦਾ ਐਕਸ਼ਨ ਵੱਧ ਜਾਂਦਾ, ਉਹਦਾ ਅਸਰ ਜ਼ਿਆਦਾ ਆਉਂਦਾ, ਆਪਣੀ ਸ਼ੂਗਰ ਕੰਟਰੋਲ ਦੇ ਵਿੱਚ ਵਧੀਆ ਰਹਿੰਦੀ ਹੈ। ਤੀਜੀ ਤਰ੍ਹਾਂ ਦੀ ਜਿਹੜਾ ਆਪਾਂ ਸਰੀਰਕ ਗਤੀਵਿਧੀ ਦੀ ਗੱਲ ਕਰ ਰਹੇ ਹਾਂ ਹੈਗਾ ਯੋਗਾ। ਯੋਗਾ ਕੀ ਕਰਦਾ ਹੈ ਕਿ ਬਾਡੀ ਦੀ ਫਲੈਕਸੀਬਿਲਟੀ ਨੂੰ ਵਧਾਉਂਦਾ ਆ। ਉਹ ਵੀ ਇਹ ਵੀ ਦੇਖਿਆ ਗਿਆ ਯੋਗਾ ਕਰਨ ਦੇ ਨਾਲ ਵੀ ਸ਼ੂਗਰ ਕੰਟਰੋਲ ਦੇ ਵਿੱਚ ਆਉਂਦੀ ਹੈ। ਅਤੇ ਇਸ ਕਰਕੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਆਪਾਂ ਸਰੀਰਕ ਗਤੀਵਿਧੀ ਕਰ ਰਹੇ ਹਾਂ ਤਾਂ ਇਹਨਾਂ ਸਾਰਿਆਂ ਦਾ ਮਿਸ਼ਰਣ ਕੀਤਾ ਜਾਵੇ ਮਿਲਾ ਕੇ। ਆਪਾਂ ਤੇਜ਼ ਸੈਰ ਵੀ ਕਰੀਏ, ਥੋੜ੍ਹਾ ਬਹੁਤਾ ਆਪਾਂ ਆਪਣੇ ਮਾਸਪੇਸ਼ੀਆਂ ਮਸਲਸ ਨੂੰ ਹੋਰ ਸਟਰੋਂਗ ਕਰੀਏ ਵੇਟ ਚੱਕ ਕੇ, ਅਤੇ ਯੋਗਾ ਵੀ 10 ਤੋਂ 15 ਮਿੰਟ ਦਿਨ ਦੇ ਵਿੱਚ ਕੀਤਾ ਜਾਵੇ, ਉਹ ਸ਼ੂਗਰ ਨੂੰ ਕੰਟਰੋਲ ਕਰਨ ਦੇ ਲਈ ਵੀ ਬਹੁਤ ਮਦਦ ਕਰਦਾ ਆ। ਡਾਕਟਰ ਆਸ਼ੀਸ਼ ਸਹਿਗਲ ਜੀ, ਡਾਇਬਟੀਜ਼ ਦੇ ਵਿੱਚ ਹੈਲਦੀ ਈਟਿੰਗ ਹੈਬਿਟਸ ਜਾਂ ਆਦਤਾਂ ਨੂੰ ਅਪਣਾਉਣ ਅਤੇ ਬਣਾਏ ਰੱਖਣ ਦੇ ਵਿੱਚ ਵਿਅਕਤੀ ਨੂੰ ਕਿਹੜੇ ਕਿਹੜੇ ਚੈਲੇਂਜਸ ਦਾ ਸਾਹਮਣਾ ਕਰਨਾ ਪੈਂਦਾ? ਜੀ, ਚੈਲੇਂਜਸ ਹੈ, ਬਹੁਤ ਸਾਰੇ ਚੈਲੇਂਜਸ ਹੋਤੇ ਹੈ। ਉਹ ਕਹਿੰਦੇ ਹੈ ਕਿ ਪੁਰਾਣੀ ਆਦਤਾਂ ਆਸਾਨੀ ਸੇ ਛੁੱਟਤੀ ਨਹੀਂ ਹੈ, ਤੋ ਜੋ ਹਮ ਘਰ ਮੇ ਪਰਿਵਾਰ ਮੇ ਬਚਪਨ ਸੇ ਖਾਤੇ ਚਲੇ ਆ ਰਹੇ ਹੈ, ਉਸਕੋ ਅਚਾਨਕ ਸੇ ਬਦਲ ਦੇਣਾ ਬਹੁਤ ਮੁਸ਼ਕਿਲ ਹੈ। ਤੋ ਡਿਸਿਪਲਿਨ ਰੱਖ ਪਾਣਾ, ਅਨੁਸ਼ਾਸਨ ਰੱਖ ਪਾਣਾ, ਸਭ ਸੇ ਬੜਾ ਚੈਲੇਂਜ ਤੋ ਯਹੀ ਹੈ। ਅਗਰ ਇੱਕ ਘਰ ਮੇ 5-6 ਲੋਕ ਰਹਿਤੇ ਹੈ, ਉਨਮੇ ਸੇ ਏਕ ਕੋ ਡਾਇਬਟੀਜ਼ ਹੈ, ਤੋ ਬਾਕੀ ਸਭ ਆਪਣਾ ਖਾਣਾ ਪੀਣਾ ਬਦਲਨੇ ਕੇ ਲੀਏ ਆਮ ਤੌਰ ਪੇ ਤਿਆਰ ਨਹੀਂ ਹੋਤੇ। ਤੋ ਏਕ ਬੰਦੇ ਕੇ ਲੀਏ ਅਲੱਗ ਸੇ ਖਾਣਾ ਬਣਨਾ ਬੜਾ ਮੁਸ਼ਕਿਲ ਹੋਤਾ ਹੈ।
तो उसको भी वही खाना पड़ता है जो बाकी सबके लिए बनता है। तो ये भी एक चैलेंज है कि अपने घर परिवार में अपने लिए अलग से खाना कैसे बनाएं, या तो सभी अपना खाना पीना बदले, जो कि बहुत अच्छा आइडिया है, क्योंकि अगर एक को शुगर है तो बाकियों को भी हो सकती है। टाइप 2 डायबिटीज एक जेनेटिक बीमारी है। तो एक चैलेंज ये है कि घर परिवार में अपने लिए अलग खाना बनवाना बड़ा मुश्किल होता है। और चौथा और सबसे इम्पोर्टेंट मैं बोलूंगा चैलेंज, वो आज भी है, वो है नॉलेज नहीं है लोगों को, प्रॉपर गाइडेंस, प्रॉपर सलाह नहीं मिल पाती है, जिसके लिए हम ये प्रोग्राम कर भी रहे हैं। रोटी, चावल, मक्की, ये सब चीजें कार्बोहाइड्रेट्स हैं। कार्बोहाइड्रेट से शुगर बहुत जल्दी बहुत ज्यादा बढ़ती है, खास तौर पे अगर उसको रिफाइन वाला कार्बोहाइड्रेट लिया जाए, जैसे कि मैदा होता है। ये चीजें क्योंकि हमें खाने की शुरू से आदत पड़ी होती है, और काफी लोगों को ये पता ही नहीं होता है कि किन चीजों को कम करना है, क्या ज्यादा खाना है, क्या बिल्कुल नहीं खाना है, ये जानकारी ना होना भी एक चैलेंज है। तो अनुशासन ना होना, सोशल सपोर्ट ना होना, पारिवारिक फैमिलियल सपोर्ट ना होना, और जानकारी ही ना होना, ये सारे चैलेंजेस हैं जो डायबिटीज के लोग फेस करते हैं, जिसकी वजह से मतलब लंबे समय तक डाइट के चेंजेस को वो फॉलो नहीं कर पाते। डॉक्टर रोहित अग्रवाल, लाइफस्टाइल दे विच बदलाव लियाउण दे विच जो बहुत ज़्यादा असर पैंदा, उसकी इफेक्टिवनेस नू रेगुलर मॉनिटरिंग दे जरिए किवें बेहतर समझा जा सकता है? तुसीं बिल्कुल ठीक कह रहे हो। लाइफस्टाइल चेंजेस तां सब तो ज्यादा जरूरी हन इस बीमारी नूं काबू करन दे विच। जदों असीं लाइफस्टाइल दी गल करदे हां, असीं इही कहिंदे हां कि अपना टाइम ते खाना खाओ, प्रॉपर खाना खाओ। न्यूट्रिशियस दा मतलब है कि अच्छा भोजन करो, बाहरलियां चीजां नूं अवॉइड करो। आपां डिस्कस कीता है थोड़ी देर पहला, एक्सरसाइज करो, दोनों एक्सरसाइजां जिवें रनिंग भी है, आपां कार्डियो ट्रेनिंग भी है ताकि अपने मसल बिल्ड होन, ये दोनों एक्सरसाइजेस करो। प्रॉपर नींद लो, जिवें अपने पिछले डॉक्टर साहब ने कहा कि जे अपन नींद नहीं प्रॉपर लेंदे तां बीपी भी वधेगा, शुगर भी वधेगी, तां स्लीप एपनिया भी वधेगा। ये सारियां चीज़ां लाइफस्टाइल दियां हन, पर एक ऐ नहीं हैगा कि कल्ला आप ये करते रहिए और विच आप शुगर भी चेक ना कराइए। ये सोचिए कि आपां तां जी हुण ये परहेज भी कर रहे हाँ, सैर भी कर रहे हाँ, प्रॉपर सो भी रहे हाँ, टेंशन भी कोई नहीं देता, मतलब मेरी शुगर नॉर्मल हैगी है। सो इन्हां चीज़ां नूं ध्यान दे विच रखदे हुए सानूं नियमित रूप से अपनी शुगर नूं भी चेक करना बहुत ज़्यादा जरूरी है। जदों असीं शुगर चेक करते हाँ, जिहड़े तां टाइप 2 डायबिटीज़ हन, जिहड़े कि ज़्यादा मात्रा विच मतलब कि आपां कहीए 80-90% देखे जाते हन, ओह की कहिंदे आ कि असीं खाली पेट शुगर दे नाल भरे पेट जरूर चेक कराओ। सवेरे जिवें आपां 9 बजे रोटी खाई है, 11 बजे चेक करो, किसी दिन लंच तो बाद भी चेक करो, दोपहर दी रोटी तो बाद, या आपां रात दी रोटी तो 2 घंटे बाद भी चेक करो। कई वारी आपां कहने हैं कि साड़ी लैबोरेटरियां जी उस टाइम बंद हो जांदियां हन, फिर असीं यही सलाह दिंदे हाँ कि आपां ग्लूकोमीटर, जिहड़ा शुगर चेक करने वाली मशीन हुंदी है, उहनूं घर दे विच रखो ते अपना प्रॉपर तरीके दे नाल शुगर चेकअप करदे रहो। सो ਆਪਾਂ ਤਾਂ ਹੀ ਜੇ ਆਪਾਂ ਪਰਹੇਜ ਵੀ ਕਰ ਰਹੇ ਹਾਂ, ਸੈਰ ਵੀ ਕਰ ਰਹੇ ਹਾਂ, ਪ੍ਰੋਪਰ ਸੋ ਵੀ ਰਹੇ ਹਾਂ, ਪਰ ਕੀ ਇਹ ਸਾਰੀਆਂ ਚੀਜ਼ਾਂ ਆਪਣੇ ਸ਼ੂਗਰ ਨੂੰ ਕੰਟਰੋਲ ਕਰ ਰਹੀਆਂ ਹਨ? ਉਹ ਸਾਰੀਆਂ ਚੀਜ਼ਾਂ ਜਦੋਂ ਤੱਕ ਅਸੀਂ ਚੈੱਕ ਨਹੀਂ ਕਰਾਂਗੇ ਸਾਨੂੰ ਪਤਾ ਹੀ ਨਹੀਂ ਚੱਲੇਗਾ। ਡਾਕਟਰ ਸੌਰਵ ਅਰੋੜਾ, ਸਟ੍ਰੈਸ ਮੈਨੇਜਮੈਂਟ ਟੈਕਨੀਕਸ ਜਿਵੇਂ ਕਿ ਮੈਡੀਟੇਸ਼ਨ, ਯੋਗਾ, ਬਲੱਡ ਸ਼ੂਗਰ ਲੈਵਲ 'ਤੇ ਪੋਜ਼ਿਟਿਵ ਇੰਪੈਕਟ ਕਿਵੇਂ ਪਾ ਸਕਦੀ ਹੈ? ਦੇਖੋ, ਪਹਿਲਾਂ ਆਪਾਂ ਨੂੰ ਸਮਝਣਾ ਪਏਗਾ ਕਿ ਜੇ ਆਪਾਂ ਸਟ੍ਰੈਸ ਲਈਏ, ਜਿਹਨੂੰ ਆਪਾਂ ਟੈਨਸ਼ਨ ਕਹਿ ਦਿੰਦੇ ਹਾਂ ਆਮ ਭਾਸ਼ਾ ਦੇ ਵਿੱਚ, ਉਹਦੇ ਨਾਲ ਸ਼ੂਗਰ ਦਾ ਲੈਵਲ ਵੱਧਦਾ ਆ ਬਾਡੀ ਦੇ ਵਿੱਚ। ਸਟ੍ਰੈਸ ਲਏਂਗੇ, ਟੈਨਸ਼ਨ ਹੋਊਗੀ ਜ਼ਿਆਦਾ, ਨੀਂਦ ਦੀ ਕੁਆਲਿਟੀ ਵੀ ਖਰਾਬ ਹੁੰਦੀ ਹੈ। ਨੀਂਦ ਦੀ ਕੁਆਲਿਟੀ ਖਰਾਬ ਹੋ ਜਾਵੇ, ਉਹਦੇ ਨਾਲ ਅਗੇਨ ਸ਼ੂਗਰ ਵੱਧਦੀ ਹੈ,
ਹੁਣ ਆਪਾਂ ਇਹ ਸਟ੍ਰੈਸ ਨੂੰ ਮੈਨੇਜ ਕਿੱਦਾਂ ਕਰ ਸਕਦੇ ਹਾਂ, ਇੰਪੋਰਟੈਂਟ ਕੁਐਸਚਨ ਇਹ ਹੈਗਾ। ਇਹ ਟੈਨਸ਼ਨ ਨੂੰ ਘਟਾਉਣ ਦੇ ਲਈ ਸਭ ਤੋਂ ਪਹਿਲਾਂ ਸ਼ੂਗਰ ਦੇ ਮਰੀਜ਼ ਨੂੰ ਇਹ ਸਮਝਣਾ ਜ਼ਰੂਰੀ ਹੋਊਗਾ ਕਿ ਇੱਕ ਵਾਰ ਸ਼ੂਗਰ ਹੋ ਗਈ ਹੈ, ਜ਼ਿਆਦਾਤਰ ਲੋਕਾਂ ਦੇ ਵਿੱਚ ਇਹ ਹੈ ਕਿ ਇਹ ਠੀਕ ਨਹੀਂ ਹੋ ਸਕਦੀ। ਹੁਣ ਆਪਾਂ ਨੂੰ ਕੰਟਰੋਲ ਕਰ ਸਕਦੇ ਹਾਂ, ਆਪਾਂ ਇਹਨੂੰ ਜੜ੍ਹ ਤੋਂ ਨਹੀਂ ਉਖਾੜ ਸਕਦੇ ਹਾਂ। ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਸਟ੍ਰੈਸ ਘਟਾਉਣ ਦੇ ਲਈ। ਅਤੇ ਦੂਸਰੀ ਚੀਜ਼ ਸਮਝਣੀ ਇਹ ਜ਼ਰੂਰੀ ਹੈ ਕਿ ਜਿਹੜੇ ਸ਼ੂਗਰ ਦੇ ਮਰੀਜ਼ ਹੈਗੇ ਆ ਉਹ ਵੀ ਨੋਰਮਲ ਮਰੀਜ਼ ਹੋਣ, ਉਹ ਜ਼ਿੰਦਗੀ ਕੱਟ ਸਕਦੇ ਆ ਜੇ ਉਹਨਾਂ ਦਾ ਸ਼ੂਗਰ ਲੈਵਲ ਨੋਰਮਲ ਹੈ ਰਹਿੰਦਾ ਹੈ। ਜੇ ਆਪਾਂ ਇਹ ਦੋ ਚੀਜ਼ਾਂ ਸਮਝ ਲਵਾਂਗੇ, ਸਟ੍ਰੈਸ ਆਟੋਮੈਟਿਕਲੀ ਘੱਟ ਜਾਂਦਾ ਆ। ਬਾਕੀ ਹੁਣ ਸਟ੍ਰੈਸ ਘਟਾਉਣ ਦੇ ਲਈ ਹੋਰ ਜਿਹੜੇ ਤਰੀਕੇ ਹੁੰਦੇ ਹੈਗੇ ਆ, ਉਹ ਹੁੰਦਾ ਹੈ ਕਿ ਆਪਾਂ ਐਕਸਰਸਾਈਜ਼, ਜੇ ਆਪਾਂ ਸਰੀਰਕ ਵਰਜਿਸ਼ ਕਰਦੇ ਰਹਿੰਦੇ ਹਾਂ ਰੋਜ਼ ਰੈਗੂਲਰਲੀ, ਇਹ ਦੇਖਿਆ ਗਿਆ ਜਿਹੜੇ ਬੰਦੇ ਸਰੀਰਕ ਵਰਜਿਸ਼ ਹਰ ਰੋਜ਼ ਕਰਦੇ ਆ, ਆਪਣਾ ਰੂਟੀਨ ਫੋਲੋ ਕਰਦੇ ਆ, ਉਹਨਾਂ ਦੇ ਵਿੱਚ ਸਟ੍ਰੈਸ ਥੋੜ੍ਹਾ ਜਿਹਾ ਆਟੋਮੈਟਿਕਲੀ ਘੱਟ ਹੁੰਦਾ ਆ ਉਹਨਾਂ ਲੋਕਾਂ ਦੇ ਨਾਲੋਂ ਜਿਹੜੇ ਵਿਹਲੇ ਬੈਠੇ ਰਹਿੰਦੇ ਨੇਗੇ, ਚਲਦੇ ਫਿਰਦੇ ਘੱਟ ਨੇ, ਜ਼ਿਆਦਾਤਰ ਬੈਠ ਕੇ ਕੰਮ ਕਰਦੇ ਨੇ, ਉਹ ਉਹਨਾਂ ਦੇ ਨਾਲੋਂ ਸਟ੍ਰੈਸ ਲੈਵਲ ਘੱਟ ਹੁੰਦਾ ਆ। ਦੂਸਰੀ ਚੀਜ਼ ਸਟ੍ਰੈਸ ਘਟਾਉਣ ਦੇ ਲਈ ਹੋਰ ਜਿਹੜੇ ਤਰੀਕੇ ਹੈਗੇ ਨੇ, ਮੈਡੀਟੇਸ਼ਨ ਬਹੁਤ ਇੰਪੋਰਟੈਂਟ ਹੈ ਅੱਜ ਕੱਲ੍ਹ ਦੇ ਟਾਈਮ 'ਚ। ਮੈਡੀਟੇਸ਼ਨ ਮਤਲਬ ਧਿਆਨ ਲਗਾਉਣਾ, ਕਿਸੇ ਇੱਕ ਪਾਸੇ ਵੱਲ ਧਿਆਨ ਲਗਾਉਣਾ। ਜਦੋਂ ਆਪਾਂ ਕਿਸੇ ਇੱਕ ਪਾਸੇ ਵੱਲ ਧਿਆਨ ਲਗਾਉਂਦੇ ਹਾਂ, ਸਾਡਾ ਜਿਹੜਾ ਦਿਮਾਗ ਹੈਗਾ ਸ਼ਾਂਤ ਹੋ ਜਾਂਦਾ ਆ, ਉਹਦੇ ਵਿੱਚ ਖਿਆਲ ਆਲਤੂ ਫਾਲਤੂ ਦੇ ਖਿਆਲ ਨਹੀਂ ਆਉਂਦੇ ਹੈਗੇ ਨੇ, ਸਟ੍ਰੈਸ ਦਾ ਲੈਵਲ ਘੱਟ ਜਾਂਦਾ ਆ। ਅਤੇ ਅੱਜ ਕੱਲ੍ਹ ਕੁਝ ਸਟੱਡੀਜ਼ ਹੈਗੀਆਂ ਜਿਨ੍ਹਾਂ ਨੇ ਇਹ ਦੇਖਿਆ ਗਿਆ ਹੈਗਾ, ਉਹਦੇ ਵਿੱਚ ਮਰੀਜ਼ ਜਿਹੜੇ ਮੈਡੀਟੇਸ਼ਨ ਕਰਦੇ ਸੀ, ਜਿਹੜੇ ਧਿਆਨ ਲਗਾਉਂਦੇ ਆ, ਉਹਨਾਂ ਦੇ ਵਿੱਚ ਸ਼ੂਗਰ ਲੈਵਲ ਜ਼ਿਆਦਾ ਵਧੀਆ ਰਹਿੰਦਾ ਆ। ਜੇ ਆਪਾਂ ਕੰਪੇਅਰ ਕਰੀਏ ਲੋਕਾਂ ਨਾਲ ਜਿਨ੍ਹਾਂ ਦੇ ਵਿੱਚ ਸਟ੍ਰੈਸ ਜ਼ਿਆਦਾ ਹੁੰਦਾ ਆ। ਅਗੇਨ ਯੋਗਾ ਇੱਕ ਹੋਰ ਬਹੁਤ ਇੰਪੋਰਟੈਂਟ ਐਕਸਰਸਾਈਜ਼ ਹੈ ਜਿਹੜੀ ਸਟ੍ਰੈਸ ਨੂੰ ਘਟਾਉਂਦੇ ਆ। ਡਾਕਟਰ ਆਸ਼ੀਸ਼ ਸਹਿਗਲ, ਆਸਟੀਓਪੋਰੋਸਿਸ ਜਿਹੀਆਂ ਕੰਡੀਸ਼ਨਸ ਨੂੰ ਰੋਕਣ ਦੇ ਲਈ ਡਾਇਬਿਟਿਕ ਆਪਣੀਆਂ ਬੋਨਸ ਦੇ ਹੈਲਥ ਨੂੰ ਮੈਨੇਜ ਕਿਵੇਂ ਕਰ ਸਕਦੇ ਨੇ, ਲਾਈਫ ਸਟਾਈਲ ਦੇ ਵਿੱਚ ਕਿਹੜੇ ਮੋਡੀਫਿਕੇਸ਼ਨਸ ਬੋਨ ਨੂੰ ਸਟਰੋਂਗ ਬਣਾਈ ਰੱਖਣ ਦੇ ਵਿੱਚ ਭੂਮਿਕਾ ਨਿਭਾਉਂਦੇ ਨੇ? ਆਸਟੀਓਪੋਰੋਸਿਸ ਮਤਲਬ ਕਮਜ਼ੋਰ ਹੱਡੀਆਂ ਹੋਣਾ। ਆਸਟੀਓਪੋਰੋਸਿਸ ਬਹੁਤ ਕਾਮਨ ਹੈ, ਆਮ ਹੈ, ਖਾਸ ਤੌਰ 'ਤੇ ਬੜਤੀ ਉਮਰ ਵਾਲੀ ਮਹਿਲਾਓਂ ਮੇਂ, ਲੇਡੀਜ਼। ਇਹ ਯੂਜੁਅਲੀ ਆਮ ਤੌਰ 'ਤੇ ਡਾਇਗਨੋਜ ਨਹੀਂ ਹੋਤਾ ਹੈ, ਔਰ ਪਹਿਲੀ ਵਾਰ ਇਸਕਾ ਤਭੀ ਪਤਾ ਲੱਗਤਾ ਹੈ ਜਬ ਕੋਈ ਫ੍ਰੈਕਚਰ ਹੋ ਜਾਤਾ ਹੈ, ਛੋਟੀ ਮੋਟੀ ਠੋਕਰ ਸੇ, ਚੋਟ ਸੇ ਹੱਡੀ ਟੁੱਟ ਜਾਤੀ ਹੈ। ਆਸਟੀਓਪੋਰੋਸਿਸ ਇੱਕ ਖਤਰਨਾਕ ਬਿਮਾਰੀ ਹੈ, ਕਿਉਂਕਿ ਅਗਰ ਕਿਸੀ ਕੋ ਫ੍ਰੈਕਚਰ ਹੋਤਾ ਹੈ, ਖਾਸ ਤੌਰ 'ਤੇ ਬੜੀ ਉਮਰ ਮੇਂ, ਵੋ ਬੈੱਡ ਰਿਡਨ ਹੋ ਜਾਤਾ ਹੈ, ਬਿਸਤਰ ਪੇ ਆ ਜਾਤਾ ਹੈ, ਔਰ ਉਸਸੇ ਫਿਰ ਬਹੁਤ ਸਾਰੀ ਔਰ ਦਿੱਕਤਾਂ ਆ ਜਾਤੀ ਹੈ। ਇਸਸੇ ਬਚਾਵ ਕਰ ਸਕਤੇ ਹੈ, ਕੀਆ ਜਾ ਸਕਤਾ ਹੈ। ਇੱਕ ਤਰਫ ਡਾਇਬਿਟੀਜ਼ ਖੁਦ ਹਮਾਰੀ ਹੱਡੀਓ ਕੇ ਲਈ ਨੁਕਸਾਨਦੇਹ ਹੈ, ਤੋ ਡਾਇਬਿਟੀਜ਼ ਮੇਂ ਵੈਸੇ ਹੀ ਹੱਡੀਆਂ ਕਮਜ਼ੋਰ ਹੋਤੀ ਹੈ, ਔਰ ਬੜਤੀ ਉਮਰ ਕੇ ਸਾਥ ਤੋ ਵੋ ਔਰ ਜ਼ਿਆਦਾ ਕਮਜ਼ੋਰ ਹੋ ਸਕਦੀ ਹੈ। ਤੋ ਇਸਕੇ ਲਈ ਹਮ ਕਿਆ ਕਰ ਸਕਤੇ ਹੈ ਕਿ ਹਮਾਰੀ ਬੋਨਸ ਸਟਰੋਂਗ ਰਹੇ, ਫ੍ਰੈਕਚਰ ਸੇ ਬਚੀ ਰਹੇ, ਤੋ ਕੁਛ ਇੱਕ ਚੀਜ਼ੇ ਹੈ ਜੋ ਹਮ ਅਗਰ ਧਿਆਨ ਰੱਖੇ ਤੋ ਇਸਸੇ ਹਮ ਬਚ ਸਕਤੇ ਹੈ। ਪਹਿਲਾ, ਹਮੇ ਆਪਣੇ ਖਾਣੇ ਪੀਣੇ ਮੇਂ ਕੈਲਸ਼ੀਅਮ ਔਰ ਪ੍ਰੋਟੀਨ ਕਾ ਧਿਆਨ ਰੱਖਣਾ ਹੈ। ਕੈਲਸ਼ੀਅਮ ਹਮੇ ਕਿਨ ਚੀਜ਼ੋਂ ਸੇ ਮਿਲਤਾ ਹੈ? ਦੁੱਧ ਔਰ ਦੁੱਧ ਸੇ ਬਨੀ ਹੋਈ ਚੀਜ਼ੋਂ ਸੇ ਮਿਲਤਾ ਹੈ। ਦੁੱਧ, ਦਹੀਂ, ਲੱਸੀ, ਛਾਛ, ਪਨੀਰ, ਇਹ ਚੀਜ਼ੇ ਕੈਲਸ਼ੀਅਮ ਯੁਕਤ ਹੋਤੀ ਹੈ। ਆਮ ਤੌਰ 'ਤੇ ਹਮੇ ਜੋ ਕਿਹਾ ਜਾਤਾ ਹੈ 800 ਸੇ 1200 ਮਿਲੀਗ੍ਰਾਮ, 1000-1200 ਮਿਲੀਗ੍ਰਾਮ, ਇਤਨਾ ਕੈਲਸ਼ੀਅਮ ਹਮੇ ਮਿਡਲ ਉਮਰ ਮੇਂ ਲੋਕੋਂ ਕੋ ਜ਼ਿਆਦਾ ਚਾਹੀਏ ਹੋਤਾ ਹੈ। ਤੋ ਇਸਮੇ ਇੱਕ ਇੰਪੋਰਟੈਂਟ ਹਿੱਸਾ ਹੈ ਪ੍ਰੋਟੀਨ ਵਾਲਾ, ਜੋ ਮੈਂ ਯਹਾਂ ਪੇ ਜ਼ਰੂਰੀ ਬਤਾਨਾ ਚਾਹਤਾ ਹੂੰ। ਤੋ ਆਸਟੀਓਪੋਰੋਸਿਸ ਬਚਾਨੇ ਕੇ ਲੀਏ ਪਹਿਲਾ ਹਮਨੇ ਬਾਤ ਕੀਆ ਕੈਲਸ਼ੀਅਮ ਔਰ ਕੈਲਸ਼ੀਅਮ ਸੇ ਬਨੀ ਚੀਜ਼ੇ ਜ਼ਰੂਰੀ ਹੈ, ਦੂਸਰਾ ਪ੍ਰੋਟੀਨ ਹਮਾਰੀ ਡਾਇਟ ਮੇਂ ਜ਼ਰੂਰੀ ਹੈ, ਤੀਸਰਾ ਹਮੇ ਵਿਟਾਮਿਨ ਡੀ ਹਮਾਰੇ ਸ਼ਰੀਰ ਮੇਂ ਪਰਯਾਪਤ ਹੋਣਾ ਚਾਹੀਏ। ਵਿਟਾਮਿਨ ਡੀ ਹਮਾਰੀ ਸਕਿਨ ਮੇਂ ਸਿੰਥੇਸਾਈਜ਼ ਹੋਤਾ ਹੈ, ਬਨਤਾ ਹੈ, ਜਬ ਹਮ ਸੂਰਜ ਧੂਪ ਮੇਂ ਬੈਠਤੇ ਹੈ। ਧੂਪ ਮੇਂ ਆਮ ਤੌਰ 'ਤੇ ਹਮ ਲੋਕ ਉਤਨਾ ਨਹੀਂ ਬੈਠਤੇ ਕਿ ਵਿਟਾਮਿਨ ਡੀ ਪੂਰੀ ਤਰ੍ਹਾਂ ਸੇ ਹਮਾਰੇ ਸ਼ਰੀਰ ਮੇਂ ਬਨ ਸਕੇ। ਤੋ ਇਸਕੇ ਲੀਏ ਹਮ ਵਿਟਾਮਿਨ ਡੀ ਕਾ ਸਪਲੀਮੈਂਟੇਸ਼ਨ, ਦਵਾਈ ਭੀ ਦੇਤੇ ਹੈ ਆਮ ਤੌਰ 'ਤੇ,
तो आप जब भी अपने डॉक्टर के पास जाएं उनसे विटामिन डी के बारे में जरूर बात करें ताकि विटामिन डी सप्लीमेंट किया जा सके। तो तीसरा इंपॉर्टेंट पार्ट है विटामिन डी पर्याप्त मात्रा में होना चाहिए। और चौथा और बहुत इंपॉर्टेंट हिस्सा है, फिर से हम घूम फिर के इसी बात पे आ रहे हैं, एक्सरसाइज। हड्डियों की और मसल्स की मजबूती के लिए खास तौर पे वेट बियरिंग एक्सरसाइज बहुत जरूरी है। अगर किसी को हार्ट की दिक्कत नहीं है और हार्ट के डॉक्टर साहब ने मना नहीं किया, तो डॉक्टरी सलाह के साथ और धीरे धीरे अपनी एक्सरसाइज की इंटेंसिटी को बढ़ाकर वेट ट्रेनिंग करना, रेजिस्टेंस ट्रेनिंग करना वो जरूरी है। अगर हम वो करेंगे तो उससे हड्डियों में ताकत आती है, मसल्स हमारे स्ट्रांग होते हैं, हमें ऑस्टियोपोरोसिस से बचते हैं और फ्रैक्चर होने का खतरा भी कम हो जाता है। डॉक्टर रोहित अग्रवाल, कि लीवर हेल्थ और डायबिटीज विच कोई कनेक्शन है? ब्लड शुगर लेवल नो मैनेज करते हुए केड़े केड़े डाइटरी या लाइफस्टाइल चॉइसेस ने जो कि हेल्दी लीवर नो मैनेज करने दे विच मददगार साबित होते हैं? लीवर हेल्थ सब तो ज़्यादा इंपॉर्टेंट है क्योंकि जड़े हार्मोन्स खासकर इंसुलिन जड़ी अपने पैनक्रियास तो सिक्रीट होंगी है वो लीवर के उत्ते जाके काम करती है ते उत्ते वो ग्लूकोज दे रिलीज नू घटाती है ताकि अपना शुगर का लेवल ना वधे। सो एक शुगर दे मरीज का लीवर का हेल्दी होना बहुत ज़्यादा जरूरी है। एक टर्म हूँ बहुत ज़्यादा चल रही है जिन्हों असी नैश आखते हाँ या NAFLD दैट इज नॉन अल्कोहलिक फैटी लीवर डिजीज, क्योंकि जिन्हें साढ़े शुगर के मरीज हैं वो थोड़े जे भारी हैं या मोटे हैं जिन्होंने असी कहते हाँ कि उन्होंने BMI आम जनता के नालों ज़्यादा है। जो अपना बॉडी मास इंडैक्स या BMI बढ़ जाता है तो लीवर के विच फैट इकट्ठी हो जाती है, ये फैट काफ़ी सालों तक पई रहती है और जे ये फैट की मात्रा बढ़ जाए ये साढ़े लीवर में फरदर कमजोर कर देगी तो जिदे नाल लीवर फेलियर या सिरोसिस वर्गे चांसेस भी हो जाते हैं। हुण ये कहा जाता है कि दारू तो इलावा शुगर एक ऐसी बीमारी है जिड़ी कि दूसरे नंबर पर लीवर को खराब कर देती है, तो इसनों रोकने का मेन मकसद या मूल यही है कि साड़ी शुगर को कंट्रोल करिए ता ये नाल दे नाल असी अपने वजन नू वधन ना दईए। साडा जिहड़ा एशियन BMI है वो साडा असी 23 किलोग्राम पर मीटर स्केयर रखते हाँ उन्हों असी ओदे आस पास रखिए ताकि जिहड़ा साडा लीवर खराब ना होवे, क्योंकि जे एक बारी लीवर खराब हो जाता है तो उत्थे जिन्हें भी हारमोनस हैं वो एक्ट नहीं कर पाएंगे तो जिदे नाल होर वड्डियां समस्यां भी खड़ियां हो जांदियां हन। ते इसी करके शुगर दे मरीज नूं यह हदायत दी जाती है कि उहदा वजन ना वधे तुहाडी दवाई दे नाल, वजन उहदा घटना चाहीदा है, BMI उहदा 23 या 24 किलोग्राम पर मीटर स्केयर दे आस पास रहना चाहीदा है ताकि साडे जिन्हें भी ऑर्गन हन खासकर लीवर है वो साडा स्ट्रोंग बनया रहे। डॉक्टर सौरभ अरोड़ा, बिजी लाइफ स्टाइल वाले लोगों के लिए डेली रूटीन दे विच हेल्दियर चॉइसेस नू शामिल करने के लिए की प्रैक्टिकल टिप्स ने या स्ट्रेटेजीज ने? देखो हर रोज़ एक्सरसाइज करना बहुत जरूरी है। डेली रूटीन दे विच असी जो मर्जी जिन्ना मर्जी बिजी होइए घट्टो घट अद्धा घंटा रोज़ अपने आप दे लई कढ़ना बहुत जरूरी है, एक्सरसाइज करनी है, थोड़ा बहुत अपनी हॉबीज जिहड़ियां हैगियां वो जिहड़े शौक है वह भी नाल पूरे करने हैं। इहदे नाल खाण पीन दीआं चॉइसिस जिहड़ियां हैगियां आपां नूं वधिया रखणियां, फल ज़्यादा खाने आपां, हरी सब्जियां ज़्यादा खानियां, रोटी ते घट ध्यान देना, जदों खाणा है ते मोटा अनाज विच ज़्यादा पाणा है, आपां आटा मिक्स करके खाणा हैगा वा ਜਿੱਦਾਂ ਕਣਕ ਦੇ ਵਿੱਚ ਬਾਜਰਾ ਜਵਾਰ ਰਾਗੀ ਇਹ ਚੀਜ਼ਾਂ ਮਿਕਸ ਕਰਕੇ ਖਾਵਾਂਗੇ, ਚਾਹੇ ਇੱਕ ਟਾਈਮ ਹੀ ਆਪਾਂ ਮਿਕਸ ਕਰੀਏ ਤਿੰਨੋਂ ਟਾਈਮ, ਕਿਉਂਕਿ ਜਦੋਂ ਆਪਾਂ ਇਹ ਆਟਾ ਖਾਂਦੇ ਹਾਂ
ਨਾਰਮਲੀ ਇਹਦੀ ਰੋਟੀ ਆਪਾਂ ਨਾਲ ਨਹੀਂ ਲੈ ਕੇ ਜਾ ਸਕਦੇ, ਉਹ ਸੁੱਕ ਜਾਂਦੀ ਹੈ। ਉਹ ਆਪਾਂ ਤਿੰਨੋਂ ਟਾਈਮ ਜੇ ਕਹੀਏ ਪ੍ਰੈਕਟੀਕਲੀ, ਜਿਹੜਾ ਬੰਦਾ ਬਾਹਰ ਕੰਮ ਕਰਨ ਜਾ ਰਿਹਾ ਖਾਣਾ ਲੈ ਕੇ ਜਾ ਰਿਹਾ ਉਹ ਖਾ ਪਾਏਗਾ, ਤੇ ਉਹ ਪੋਸੀਬਲ ਨਹੀਂ ਹੈਗਾ। ਜਦੋਂ ਆਪਾਂ ਘਰ ਜਿਹੜਾ ਖਾਣਾ ਖਾਣਾ ਆ ਉਹਦੇ ਵਿੱਚ ਆਪਾਂ ਇਹ ਆਟਾ ਮਿਕਸ ਕਰਕੇ ਖਾ ਸਕਦੇ ਹਾਂ, ਨਹੀਂ ਤੇ ਕਣਕ ਦਾ ਆਟਾ ਵੀ ਖਾ ਸਕਦੇ ਹਾਂ। ਜਦੋਂ ਆਪਾਂ ਬਾਹਰ ਲੈ ਕੇ ਜਾਣਾ ਕਣਕ ਦੇ ਆਟੇ ਦੀ ਰੋਟੀ ਖਾ ਸਕਦੇ ਹਾਂ। ਤੀਸਰਾ, ਆਪਾਂ ਨੂੰ ਪੂਰੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਹਰ ਰੋਜ਼ 8 ਘੰਟੇ, 6 ਤੋਂ 8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ। ਕਈ ਵਾਰ ਆਪਾਂ ਦੇਖਿਆ ਕਿ ਬਿਜ਼ੀ ਲਾਈਫ ਸਟਾਈਲ ਹੋਣ ਦੇ ਕਰਕੇ ਕਦੀ ਆਪਾਂ 4 ਘੰਟੇ ਸੋ ਰਹੇ ਹਾਂ, ਬੱਚੇ ਕਦੀ ਐਗਜ਼ਾਮਸ ਕਰਕੇ 5 ਘੰਟੇ ਸੋ ਰਹੇ, ਜਿਹਨਾਂ ਨੂੰ ਸ਼ੂਗਰ ਹੈ ਖਾਸ ਕਰਕੇ ਉਹਨਾਂ ਨੂੰ ਅਸੀਂ ਕਹੀਦਾ ਹੈ ਕਿ ਨੀਂਦ ਪੂਰੀ ਲੈਣੀ ਹੈ। ਅਤੇ ਚੌਥੀ ਚੀਜ਼ ਜਿਹੜੀ ਬਹੁਤ ਜ਼ਰੂਰੀ ਹੈ, ਨਸ਼ੇ ਤੋਂ ਦੂਰ ਰਹਿਣਾ ਆ। ਆਪਾਂ ਸਮੋਕ ਨਹੀਂ ਕਰਨਾ, ਆਪਾਂ ਸਿਗਰਟ ਨਹੀਂ ਪੀਣੀ ਹੈਗੀ, ਉਹ ਹਾਰਟ ਦੇ ਪ੍ਰੋਬਲਮ ਨੂੰ ਵਧਾ ਦਿੰਦੀ। ਸ਼ੂਗਰ ਵਾਲੇ ਮਰੀਜ਼ਾਂ 'ਚ ਸ਼ੂਗਰ ਦਾ ਕੰਟਰੋਲ ਵੀ ਖਰਾਬ ਹੁੰਦਾ ਆ, ਅਤੇ ਹਾਰਟ ਅਟੈਕ ਆਉਣ ਦਾ ਰਿਸਕ ਵੀ ਬਹੁਤ ਜ਼ਿਆਦਾ ਵੱਧ ਜਾਂਦਾ। ਅੱਗੇ ਸ਼ੂਗਰ ਵਾਲੇ ਮਰੀਜ਼ ਜਿਹੜੇ ਹੈਗੇ 2 ਤੋਂ 3 ਗੁਣਾ ਜ਼ਿਆਦਾ ਹਾਰਟ ਦੀ ਪ੍ਰੋਬਲਮ ਆਉਣ ਦੇ ਚਾਂਸਿਸ ਹੁੰਦੇ ਨੇ ਉਹਨਾਂ ਨੂੰ। ਜੇ ਉਹੀ ਸ਼ੂਗਰ ਦਾ ਮਰੀਜ਼ ਸਮੋਕ ਵੀ ਕਰਦਾ ਹੈ ਤਾਂ ਚਾਂਸਿਸ ਹੋਰ ਜ਼ਿਆਦਾ ਵੱਧ ਜਾਂਦੇ ਨੇ ਕਿ ਹਾਰਟ ਅਟੈਕ ਆਏਗਾ। ਡਾਇਬਟੀਜ਼ ਦੇ ਖਾਸ ਚਰਚਾ ਦੇ ਲਈ ਸਾਡੇ ਸਾਰੇ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਹਰ ਬਿਮਾਰੀ ਦੇ ਇਲਾਜ ਦੀ ਸ਼ੁਰੂਆਤ ਸਹੀ ਜਾਣਕਾਰੀ ਦੇ ਨਾਲ ਹੀ ਹੁੰਦੀ ਹੈ, ਤਾਂ ਡਾਇਬਟੀਜ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਜਾਣਕਾਰੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਦਿੱਤੀਆਂ ਨੇ। ਉਮੀਦ ਹੈ ਕਿ ਤੁਸੀਂ ਸਾਰੇ ਡਾਕਟਰ ਦੇ ਦੱਸੇ ਇਹਨਾਂ ਲੱਛਣਾਂ ਨੂੰ ਪਹਿਚਾਣ ਪਾਓਗੇ, ਆਪਣਾ ਖਿਆਲ ਰੱਖੋਗੇ, ਤਾਂ ਕਿ ਡਾਇਬਟੀਜ਼ ਤੋਂ ਬਚਿਆ ਜਾ ਸਕੇ। ਇਸ ਖਾਸ ਸ਼ੋਅ ਦੇ ਵਿੱਚ ਅੱਜ ਇੰਨਾ ਹੀ। ਬਹੁਤ ਬਹੁਤ ਸ਼ੁਕਰੀਆ।